ਸੰਗਰੂਰ ਦੇ ਖਨੌਰੀ 'ਚ ਖੜ੍ਹੇ ਹਾਂ ਜਿੱਥੇ ਘੱਗਰ ਦਾ ਗੇਜ ਲੱਗਿਆ ਹੋਇਆ ਕਿਉਂਕਿ ਪਿਛਲੇ ਲਗਾਤਾਰ 24 ਘੰਟਿਆਂ ਤੋਂ ਘੱਗਰ ਦੇ ਵਿੱਚ ਤਕਰੀਬਨ 20 ਫੁੱਟ ਪਾਣੀ ਦਾ ਲੇਵਲ ਅਚਾਨਕ ਵਧਿਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਸਮੇਂ ਜਿਹੜਾ ਇਹ ਘੱਗਰ ਆ, ਜਿਹੜਾ ਘੱਗਰ ਨਦੀ ਆ, ਜਿਹੜੀ ਹਿਮਾਚਲ ਦਾ ਪਾਣੀ, ਚੰਡੀਗੜ੍ਹ ਦੇ ਆਸ ਪਾਸ ਦੇ ਇਲਾਕਿਆਂ ਦਾ ਪਾਣੀ ਇਸ ਦੇ ਵਿੱਚ ਵੱਧ ਹੈ। ਭਾਵੇਂ ਪੰਜਾਬ 'ਚ ਬਾਰਿਸ਼ ਹੋਵੇ ਨਾ ਹੋਵੇ, ਪਰ ਲੇਕਿਨ ਇਸ ਦੇ ਇਲਾਕੇ ਜਿਹੜੇ ਨੇ, ਕਹਿ ਸਕਦਾ ਪਟਿਆਲਾ, ਸੰਗਰੂਰ, ਮਾਨਸਾ, ਇਸ ਇਲਾਕਿਆਂ ਦੇ ਵਿੱਚ ਹੜ੍ਹ ਦਾ ਖਤਰਾ ਬਣ ਜਾਂਦਾ। ਪਰ ਇਸ ਸਮੇਂ ਤੁਸੀਂ ਦੇਖੋ ਪਾਣੀ ਦਾ ਵਹਾਅ ਬਹੁਤ ਤੇਜ਼ ਹੈ, ਕਿਉਂਕਿ ਪਿਛਲੀ ਵਾਰ 10 ਜੁਲਾਈ ਨੂੰ ਮੂਨਕ ਦੇ ਨਜ਼ਦੀਕ ਜਿਹੜਾ ਘੱਗਰ ਦੇ ਵਿੱਚ ਤਕਰੀਬਨ 53 ਜਗ੍ਹਾ ਦੇ ਉੱਪਰ ਪਾੜ ਪਏ ਸੀ, ਹਜ਼ਾਰਾਂ ਏਕੜ ਫਸਲ ਪ੍ਰਭਾਵਿਤ ਹੋਈ ਸੀ। ਮੈਂ ਚਾਹੂੰਗਾ ਕਿ ਤੁਹਾਨੂੰ ਗੇਜ ਦਿਖਾਈ ਜਾਵੇ, ਜਿਹੜੀ ਕੈਮਰਾਮੈਨ ਨੂੰ ਕਹੂੰਗਾ ਕਿ ਜ਼ੂਮ ਕਰਕੇ ਤੁਹਾਨੂੰ ਗੇਜ ਦਿਖਾਵੇ, ਜਿਸ ਦੇ ਨਾਲ ਹਰ ਘੰਟੇ ਪ੍ਰਸ਼ਾਸਨ ਆ ਜਿਹੜਾ ਇਸ ਦੇ ਉੱਪਰ ਉਸਨੇ ਆਪਣੀ ਨਜ਼ਰ ਬਣਾਈ ਹੋਈ ਹੈ ਕਿ ਹਰ ਘੰਟੇ ਕਿੰਨਾ ਪਾਣੀ ਦਾ ਪੱਧਰ ਆ ਜਿਹੜਾ ਇਸ ਦੇ ਵਿੱਚ ਵੱਧ ਹੈਗਾ। ਇਸ ਪੁਆਇੰਟ ਇਸ ਸਮੇਂ ਜਿਹੜਾ ਇਹਦਾ ਗੇਜ ਹੈਗਾ ਉਹ 743.8 ਹੈ, ਜਾਣੀ ਕਿ ਸਿਰਫ 2 ਪੁਆਇੰਟ ਨੀਚੇ ਆ 744 ਤੋਂ ਜਾਣ ਤੋਂ, ਅਤੇ 747 ਦੇ ਉੱਪਰ ਜਾ ਕੇ ਇਸਦਾ ਖਤਰੇ ਦਾ ਨਿਸ਼ਾਨ ਹੈਗਾ। ਪਰ ਪਿਛਲੀ ਵਾਰ ਇਸ ਦੇ ਵਿੱਚ ਜਿਹੜਾ ਪਾਣੀ ਸੀ ਉਹ 751 ਫੁੱਟ ਤੱਕ ਜਿਹੜਾ ਪਹੁੰਚ ਚੁੱਕਿਆ ਸੀ, ਜਿਸ ਤੋਂ ਬਾਅਦ ਜਿਹੜਾ ਸਾਹਮਣੇ ਤੁਸੀਂ ਇੱਕ ਉਹ ਹਾਈਵੇ ਦੇਖ ਰਹੇ ਹੋਵੋਗੇ, ਇਹ ਜਿਹੜਾ ਪੰਜਾਬ ਨੂੰ ਹਰਿਆਣਾ ਅਤੇ ਦਿੱਲੀ ਦੇ ਉੱਪਰ ਦੀ ਵਗਣ ਲੱਗ ਗਿਆ ਸੀ, ਕਿਉਂਕਿ ਇਸ ਤੋਂ ਅੱਗੇ ਜਿਹੜੀ ਓਵਰਫਲੋ ਹੋ ਗਈ ਸੀ ਘੱਗਰ। ਇਸ ਤੋਂ ਅੱਗੇ ਜਾ ਕੇ ਜਿਹੜੇ ਮੂਨਕ ਦੇ ਜਿਹੜੇ ਇਲਾਕੇ ਦੇ ਜਿਹੜੇ ਪਿੰਡ ਪੈਂਦੇ ਨੇ ਉੱਥੇ ਵੱਡੇ ਪੱਧਰ 'ਤੇ ਨੁਕਸਾਨ ਹੋਇਆ। ਸਾਡੇ ਨਾਲ ਅਧਿਕਾਰੀ ਮੌਜੂਦ ਨੇ। ਬਾਈ ਜੀ, ਤੁਸੀਂ ਸਮੇਂ ਸਿਰ ਇਹਦੀ ਗੇਜ ਚੈੱਕ ਕਰਦੇ ਰਹੇ ਹੋ, ਅਤੇ ਹੁਣ ਕਿੰਨਾ ਗਾ ਇਸ ਸਮੇਂ? 743.8 ਹੈ ਸਰ। 743.8, ਹਾਂਜੀ ਹਾਂਜੀ। ਅੱਛਾ, ਹੁਣ ਕਿੰਨਾ ਵੱਧ ਰਿਹਾ ਸਵੇਰ ਤੋਂ ਲੈ ਕੇ ਪਾਣੀ ਦਾ ਲੇਵਲ ਕਿੰਨਾ? ਸਵੇਰੇ 6 ਵਜੇ ਤੋਂ ਲੈ ਕੇ ਸਰ 12 ਵਜੇ ਤੱਕ ਤਾਂ ਸਿਰਫ 7.5 ਵਧਿਆ ਜੀ। ਅੱਛਾ, ਪਿਛਲੇ 24 ਘੰਟੇ ਦੀ ਗੱਲ ਕੀਤੀ ਜਾਵੇ ਤਾਂ 24 ਘੰਟਿਆਂ 'ਚ ਕਿੰਨਾ ਪਾਣੀ ਵਧਿਆ? 24 ਘੰਟੇ ਦੇ ਵਿੱਚ ਸਰ ਆਪਣਾ ਕੋਈ 1.5 ਫੁੱਟ ਪਾਣੀ ਵੱਧ ਗਿਆ ਹੋਵੇ, 1.5 ਫੁੱਟ। 24 ਘੰਟੇ ਵਿੱਚ 18 ਫੁੱਟ ਪਾਣੀ ਵਧਣਾ ਇੱਕ ਬਹੁਤ ਵੱਡੀ, ਹਾਂਜੀ ਹਾਂਜੀ ਜੀ, ਮਗਰੋਂ ਪਾਣੀ ਕਾਫੀ ਆ ਰਿਹਾ ਸਰ। ਅੱਛਾ, ਮਗਰੋਂ ਪਾਣੀ ਦੀ ਤੁਸੀਂ ਉਹ ਦੇਖਦੇ ਹੋ ਕਿ ਕਿੱਥੋਂ ਕਿੰਨਾ ਪਾਣੀ ਛੱਡਿਆ ਗਿਆ? ਤੁਹਾਡੇ ਰਿਪੋਰਟ ਆਉਂਦੀ ਆ ਕੋਈ, ਜਾਂ ਫਿਰ ਰਾਤ ਨੂੰ ਵਧਣਾ ਸ਼ੁਰੂ ਹੁੰਦਾ ਜਾਂ ਦਿਨ ਨੂੰ ਵਧਣਾ ਸ਼ੁਰੂ ਹੁੰਦਾ? ਸਰ, ਕੱਲ੍ਹ ਤਾਂ ਪਾਣੀ ਦਿਨ 'ਚ ਵੀ ਵਧ ਰਿਹਾ, ਸ਼ਾਮ ਨੂੰ ਵੀ ਵਧਿਆ ਕਾਫੀ ਪਾਣੀ। ਅੱਜ ਪਾਣੀ ਥੋੜ੍ਹਾ ਸਲੋਕ ਚੱਲ ਰਿਹਾ, ਪਹਿਲਾਂ ਅੱਧਾ ਫੁੱਟ ਵਾਂਗੂ ਵੱਧ ਰਿਹਾ ਸੀ ਘੰਟੇ। ਕੱਲ੍ਹ ਦਿਨ 'ਚ ਤਾਂ ਦੋ 3-4 ਫੁੱਟ ਪਾਣੀ ਵੱਧ ਗਿਆ ਜੀ, ਅੱਜ ਸਵੇਰ ਤੋਂ ਲੈ ਕੇ 12 ਵਜੇ ਤੱਕ ਆਪਣਾ 7.5। ਜੇ ਅਗਰ ਖਤਰੇ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਦੇ ਮਨ 'ਚ ਡਰ ਹੁੰਦਾ, ਕਿੰਨੇ ਪੁਆਇੰਟ ਤੋਂ ਪਾਣੀ ਉੱਪਰ ਚਲਾ ਜਾਵੇ ਤਾਂ ਜਿਸਦਾ ਇਹਦਾ ਖਤਰਾ ਮੰਨਿਆ ਜਾਂਦਾ? ਸਰ, ਖਤਰਾ ਤਾਂ 745 ਦੇ ਉੱਤੇ ਖਤਰਾ ਹੀ ਖਤਰਾ ਹੈ। 752 ਤੋਂ 752 ਤੋਂ 752 ਦਾ ਲਾਸਟ ਲਾਸਟ ਹੈ ਜੀ। ਹਾਂਜੀ ਹਾਂਜੀ, 752। ਤੁਸੀਂ ਭਾਅ ਜੀ, ਤੁਹਾਡਾ ਇਲਾਕਾ ਇਹ ਹੀ ਖਲੋਰੀ? ਕਿਵੇਂ ਦੇਖਦੇ ਹੋ ਕਿ ਘੱਗਰ ਜਦੋਂ ਚੜ੍ਹ ਜਾਂਦਾ ਤਾਂ ਤੁਸੀਂ ਹੁਣ ਮੌਕੇ 'ਤੇ ਆ ਕੇ ਲੋਕ ਦੇਖ ਰਹੇ ਹਾਂ, ਲੋਕ ਆ ਕੇ ਚੈੱਕ ਕਰ ਰਹੇ ਨੇ ਕਿੰਨਾ ਕੁ ਪਾਣੀ ਵਧਿਆ? ਪਾਣੀ ਦਾ ਜੀ, ਕੱਲ੍ਹ ਤਾਂ 18 ਫੁੱਟ ਵਧਿਆ ਪਾਣੀ। ਕੱਲ੍ਹ ਡਰ ਲੱਗਦਾ ਮਨ 'ਚ ਕਈ ਵਾਰ ਕਿਤੇ ਨੁਕਸਾਨ ਫਸਲਾਂ ਦਾ ਆਉਂਦੇ? ਹਾਂ, ਪਿਛਲੀ ਵਾਰੀ ਹੁੰਦਾ ਇੱਕ ਤਾਂ ਡਰ ਲੱਗਦਾ ਜੀ, ਬਾਕੀ ਇਹਦੇ ਤਾਂ ਠੀਕ ਹੈ। 50-48 ਦੇ ਪਹੁੰਚ ਗਿਆ, ਖਤਰਾ ਹੀ ਹੈ। ਬਹੁਤ ਬੰਦੇ ਕੱਢੇ ਅੰਡੇ ਆਪਾਂ ਟੀਮਾਂ ਨਾਲ। ਹਾਂ, ਪਿਛਲੇ 5 ਦਿਨ ਮੈਂ ਘੱਗਰ ਚੱਲਦਾ ਰਿਹਾ ਪਾਣੀ 'ਚ, ਬਹੁਤ ਬਿਸਕੁਟ ਪਾਣੀ ਵਗੈਰਾ ਸਾਰਾ ਕੁਝ ਪਿਆਉਂਦੇ ਰਹੇ ਉਹਨਾਂ ਨੂੰ, ਜਿਹੜੇ ਬਾਹਰ ਡੇਰੇ 'ਚ ਫਸ ਗਏ ਸੀਗੇ, ਬਹੁਤ ਸੇਵਾ ਕਰੀ ਆਪਾਂ ਨੇ। ਕਿੰਨਾ ਕੁ ਨੁਕਸਾਨ ਹੋਇਆ ਪਿਛਲੀ ਵਾਰੀ? ਪਿਛਲੀ ਵਾਰ 100% ਦਾ 100। ਬਿਲਕੁਲ, ਵੱਡੇ ਪੱਧਰ 'ਤੇ ਨੁਕਸਾਨ ਪਿਛਲੀ ਵਾਰ ਹੋਇਆ ਸੀ, ਪਰ ਇਸ ਵਾਰ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਕੀਤੇ ਗਏ ਨੇ। JCB ਮਸ਼ੀਨਾਂ ਨੇ ਜਿਹੜੀਆਂ ਪੋਕਲੈਂਡ ਮਸ਼ੀਨਾਂ ਨੇ ਉਹ ਤਿਆਰ ਕੀਤੀਆਂ, ਖੜ੍ਹੀਆਂ ਕੀਤੀਆਂ ਗਏ ਨੇ। 2 ਲੱਖ ਦੇ ਕਰੀਬ ਜਿਹੜਾ ਗੱਟਾ ਹੈਗਾ, ਜਿਹੜਾ ਮਿੱਟੀ ਦਾ ਭਰ ਕੇ ਜਿਹੜਾ ਸੈਂਡ ਬੈਗ ਕਹਿੰਦੇ ਆ, ਉਹ ਰੱਖੇ ਗਏ ਨੇ। ਪਰ ਫਿਲਹਾਲ ਪਾਣੀ ਵੱਧ ਰਿਹਾ ਤੇਜ਼ੀ ਨਾਲ, ਜਿਸ ਨੇ ਇਲਾਕੇ ਦੇ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਕਿਤੇ ਨਾ ਕਿਤੇ ਪਾਣੀ ਵਧਾ ਰਿਹਾ। ਅਗਰ ਹਿਮਾਚਲ ਦੇ ਵਿੱਚ ਬਰਸਾਤ ਘੱਟ ਜਾਂਦੀ ਆ ਤਾਂ ਇਸ ਨੂੰ ਠੱਲ ਪੈ ਸਕਦੀ ਆ, ਲੇਕਿਨ ਅਗਰ ਇਸ ਤਰ੍ਹਾਂ ਪਾਣੀ ਹੋਰ ਵੱਧਦਾ ਰਿਹਾ ਤਾਂ ਕਿਤੇ ਨਾ ਕਿਤੇ ਇਲਾਕੇ ਦੇ ਵਿੱਚ ਜਾਂ ਫਿਰ ਪਿੱਛੇ ਪਟਿਆਲੇ ਦੇ ਵਿੱਚ ਜਦੋਂ ਘੱਗਰ ਓਵਰਫਲੋ ਹੁੰਦਾ ਤਾਂ ਨੁਕਸਾਨ ਜਿਹੜਾ ਵੱਡੇ ਪੱਧਰ 'ਤੇ ਹੋ ਸਕਦਾ। ਫਿਲਹਾਲ ਪ੍ਰਸ਼ਾਸਨ ਅਧਿਕਾਰੀ ਹਰ ਘੰਟੇ ਇਸ ਦੇ ਪਾਣੀ ਦੇ ਵੱਧ ਰਹੇ ਪੱਧਰ ਦੇ ਉੱਪਰ ਨਜ਼ਰ ਬਣਾ ਕੇ ਰੱਖੀ ਹੋਈ ਹੈ। ਵਿੱਕੀ ਬੁੱਲਰ, ਡੇਲੀ ਪੋਸਟ, ਪੰਜਾਬ, ਹਰਿਆਣਾ, ਹਿਮਾਚਲ, ਖਨੌਰੀ, ਸੰਗਰੂਰ।